ਹੁਣ ਅਸੀਂ ਆਏ ਜੀ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ। ਸਵੇਰ ਦੇ ਸਮਾਨ ਚੋਰੀ ਹੋ ਰਿਹਾ, ਆਪਣੇ ਆਪਣੇ ਪਰਸ, ਮੋਬਾਈਲ, ਪੈਸੇ, ਗਹਿਣੇ ਹੱਥਾਂ 'ਚ ਫੜ ਕੇ ਰੱਖਣੇ ਜੀ। ਭਾਈ ਮੇਰੀ ਵੀਡੀਓ ਵਾਇਰਲ ਨਾ ਕਰਦੇ। ਨਹੀਂ ਨਹੀਂ ਇਹ ਜ਼ੋਰ ਤੇ ਹੁੰਦਾ ਹੀ ਹੈ। ਚੱਲ ਹਟੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਠੀਕ ਆ ਸਾਰੇ। ਕੱਲ੍ਹ ਸ਼ਿਮਲਾ ਤੋਂ ਅਸੀਂ ਅਨੰਦਪੁਰ ਸਾਹਿਬ ਆ ਗਏ ਸੀ, ਅਤੇ ਬਟ ਅਨੰਦਪੁਰ ਸਾਹਿਬ ਸੰਗਤ ਇੰਨੀ ਯਾਰ, ਨਾ ਸਰਾਂਚ ਰੂਮ ਮਿਲਿਆ, ਨਾ ਹੀ ਕਿਸੇ ਹੋਟਲ 'ਚ। ਫਿਰ ਅਸੀਂ ਅਨੰਦਪੁਰ ਸਾਹਿਬ ਤੋਂ ਨੰਗਲ ਆ ਗਏ ਸੀ। ਨੰਗਲ ਆ ਕੇ ਰਾਤੀ ਆਪਾਂ ਇੱਥੇ ਰਹੇ ਹਾਂ, ਵੈਲਕਮ ਚੱਲ ਗਏ ਐਸਗੈਂਡੋ। ਸੋ ਰੈਡੀ ਸ਼ੈਡੀ ਹੋ ਗਿਆ ਜੀ, ਹੁਣ ਚੱਲੇ ਆਪਾਂ ਦਰਸ਼ਨ ਕਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ। ਜਾ ਕੇ ਦਰਸ਼ਨ ਕਰਦੇ, ਅਨੰਤਾਂ ਨੂੰ ਵੀ ਕਰਾਉਂਦੇ ਹਾਂ। ਸੋ ਹੋਲੇ ਮਹੱਲੇ ਤੋਂ ਬਾਅਦ ਵੀ ਯਾਰ ਕਾਫੀ ਸੰਗਤ ਆ, ਕਿਉਂਕਿ ਸਾਰੇ ਹੀ ਸੋਚਦੇ ਕਿ ਹੋਲੇ ਮਹੱਲੇ 'ਤੇ ਕਾਫੀ ਜ਼ਿਆਦਾ ਸੰਗਤ ਹੋਣੀ, ਰਸ਼ ਹੋਣਾ ਵਾ। ਸੋ ਆਪਾਂ ਹੋਲੇ ਮਹੱਲੇ ਤੋਂ ਬਾਅਦ ਹੀ ਜਾਵਾਂਗੇ, 4-5 ਦਿਨ ਬਾਅਦ, 10 ਦਿਨ ਬਾਅਦ। ਸੋ ਸਾਰੇ ਹੀ ਇੱਦਾਂ ਹੀ ਕਰਦੇ ਆ, ਤਾਂ ਕਰਕੇ ਹਾਲੇ ਵੀ ਕਾਫੀ ਸੰਗਤ ਆ। ਸੋ ਸਾਰੇ ਦਰਸ਼ਨ ਕਰਦੇ ਹਾਂ ਅਤੇ ਤੁਹਾਨੂੰ ਵੀ ਕਰਾਉਂਦੇ ਹਾਂ ਜੀ। ਸੋ ਜੁੜੇ ਰਹੋ, ਦੇਖਦੇ ਰਹੋ। ਹੁਣ ਚੈੱਕਆਊਟ ਕਰਦੇ, ਹੋਟਲ ਤੋਂ ਸਾਰੇ ਰੈਡੀ ਸ਼ੈਡੀ ਹੋ ਗਏ ਆ। 12 ਵਜੇ ਚੈੱਕਆਊਟ ਟਾਈਮ ਸੀ ਅਤੇ 12:15 ਹੋ ਗਏ ਆ, ਅਤੇ ਬਸ ਨਿਕਲਦੇ ਯਾਰ। ਆਹ ਰੂਮ ਕਾਫੀ ਸਾਨੂੰ ਸਸਤਾ ਪੈ ਗਿਆ, ਨਹੀਂ ਤਾਂ ਕੱਲ੍ਹ ਰੂਮ ਦਾ ਪ੍ਰਾਈਜ਼ 4,000, 5,000, 10,000 ਇੱਦਾਂ ਹੀ। ਮਤਲਬ ਸੰਗਤ ਕਰਕੇ ਯਾਰ ਕਈ ਹੋਟਲ ਵਾਲੇ ਤਾਂ ਬਹੁਤ ਹੀ ਨਜਾਇਜ਼ ਫਾਇਦਾ ਚੁੱਕਦੇ ਆ ਕਿ ਕਿਤੇ ਹੋਰ ਤਾਂ ਮਿਲਣਾ ਨਹੀਂ, ਜਿਹੜਾ ਮਿਲਣਾ ਵਾ ਉਹ ਤਾਂ ਫਿਰ ਰੇਟ ਚੱਕ ਦਿਓ। ਸਾਨੂੰ ਆ ਬੜਾ ਰੀਜ਼ਨੇਬਲ ਪ੍ਰਾਈਜ਼ ਮਿਲ ਗਿਆ, ਥੋੜ੍ਹਾ ਨੰਗਲ ਆਉਣਾ ਪਿਆ ਸੀ 5-6 ਕਿਲੋਮੀਟਰ ਦੂਰ। ਸੋ ਨਿਕਲਦੇ ਹਾਂ। ਹੁਣ ਇੱਕ ਸਾਨੂੰ ਇੱਥੇ ਵੀਰਾ ਮਿਲਿਆ ਸੀ, ਅਤੇ ਵੀਰੇ ਦੇ ਸਪਲੈਂਡਰ 'ਤੇ ਅਸੀਂ ਥੋੜ੍ਹੇ ਜਿਹੇ ਮਾਰਕੀਟ ਘੁੰਮਣ ਦੇ ਜੀ। ਥੈਂਕ ਯੂ ਵੀਰੇ ਯਾਰ, ਤੁਸੀਂ ਆਏ। ਥੈਂਕ ਯੂ ਭਾਈ। ਕੀ ਲੋਕਲ ਹੀ ਵੀਰੇ ਇੱਥੇ? ਮੈਂ ਲੋਕਲ ਹੈ ਭਾਈ। ਓਕੇ ਓਕੇ। ਇੱਦਾਂ ਕਿ ਕਦੀ ਅਸੀਂ ਮੇਲੇ 'ਚ ਮੁੜ ਸਕਦੇ ਨਹੀਂ ਹੈ ਵੀਰੇ ਦਾ ਪੂਰਾ। ਕੱਲ੍ਹ ਇੱਥੇ ਵੀ ਅਨੰਦਪੁਰ ਸਾਹਿਬ 'ਚ ਇੰਨਾ ਕੁ ਤੇਜ਼ ਮੀਂਹ ਪਿਆ ਹੋਣਾ, ਅਤੇ ਅੱਜ ਮੌਸਮ ਦੇਖ ਲਓ, ਇੰਨੀ ਕੁ ਕੜਾਕੀ ਧੁੱਪ ਯਾਰ, ਇੰਨੀ ਗਰਮੀ ਹੋਈ ਪਈ ਆ, ਕੀ ਦੱਸੇ ਬੁਰੇ ਹਾਲ ਹੋਏ ਆ। ਸਵੇਰੇ ਪੂਰੀਆਂ ਬਾਹਾਂ 'ਤੇ ਪਾਉਣ ਲੱਗੇ। ਆਹੋ, ਸ਼ੁਕਰ ਅੱਧੀ ਬਾਹਾਂ 'ਤੇ ਪਈ ਨੇ, ਅਤੇ ਗਰਮੀ ਬੁਰੇ ਹਾਲ ਹੋਏ ਨੇ ਸੀ। ਥੈਂਕ ਯੂ ਸੋ ਮਚ ਜੀ। ਠੀਕ ਹੈ ਭਾਈ। ਅਨੰਦਪੁਰ ਸਾਹਿਬ ਪਹੁੰਚ ਚੁੱਕੇ ਹਾਂ ਜੀ। ਗੱਡੀ ਪਿੱਛੇ ਪਾਰਕਿੰਗ 'ਚ ਲਾਤੀ ਹੋਈ ਆ, ਪਾਰਕਿੰਗ ਵੀ ਕਿੱਥੇ ਮਿਲਣੀ ਯਾਰ, ਸੜਕ ਉੱਤੇ ਲਾਤੀ ਆ। ਅਤੇ ਚੱਲ ਦਰਸ਼ਨ ਕਰਦੇ ਹਾਂ ਅਤੇ ਪ੍ਰਸ਼ਾਦਾ ਛਕਦੇ ਹਾਂ। ਸਾਡੇ ਨਾਲ ਦੇ ਸਾਡੇ ਉਹ 3 ਬੰਦੇ ਕਿੱਥੇ ਗਏ ਯਾਰ, ਆਵਾਜ਼ 'ਚ ਨਹੀਂ ਗਏ। ਹੁਣ ਸਭ ਤੋਂ ਪਹਿਲਾਂ ਕਿੰਨੇ ਹੋਏ ਭਾਈ? ਜਲੇਬੀਆਂ ਖਾਣੇ ਆ, ਪਨੀਰ ਜਲੇਬੀ ਆ ਅਤੇ 100 ਗ੍ਰਾਮ ਜਲੇਬੀਆਂ। ਆਹ ਜ਼ਿਆਦਾ ਵਧੀਆ ਪਨੀਰ ਵਾਲੀ ਜਲੇਬੀਆਂ ਪਸੰਦ ਨਹੀਂ ਮੈਨੂੰ ਯਾਰ ਜ਼ਿਆਦਾ। ਜਿਹੜੇ ਭਟੂਰੇ ਵੀ ਖਾਂਦੇ ਨਾ, ਭਟੂਰੇ ਖਾਂਦੇ ਪਛਾਦਾ ਛਕਾਂਗੇ ਯਾਰ।
ਸਵਾਦ ਨਹੀਂ ਲੱਗੀ ਸਵਾਦ ਹੈ ਇੱਕ ਮਿੰਟ ਲੈ ਕੇ ਵੀ ਉਹਦੀ ਵਰਗੀ ਬਦਾਨੇ ਵਰਗੀ ਪਹਿਲੀ ਬੜੀ ਸਵਾਦ ਨਹੀਂ ਲੱਗੀ ਸੀ ਬੜੀ ਛੱਡਦਾ ਨਾ ਮੱਥਾ ਟੇਕਣ ਆਉਂਦੇ ਤੇ ਹੁਣ ਆਏ ਜੀ ਅਸੀਂ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਹੁਣ ਜਾ ਰਹੇ ਹਾਂ ਜੀ ਅਸੀਂ ਲੰਗਰ ਹਾਲ ਵੱਲ ਨੂੰ ਪ੍ਰਸ਼ਾਦਾ ਛੱਕ ਰਹੇ ਜਾ ਕੇ ਬੜਾ ਸੱਟ ਕਰੋਬਲ ਪੈਸੇ ਗਹਿਣੇ ਹੱਥਾਂ 'ਚ ਫੜੋ ਜੀ ਠੀਕ ਹੈ ਜੀ ਸਵੇਰ ਦੇ ਸਮਾਨ ਚੋਰੀ ਹੋ ਰਿਹਾ ਆਪਣੇ ਆਪਣੇ ਪਰਸ ਮੋਬਾਈਲ ਪੈਸੇ ਗਹਿਣੇ ਹੱਥਾਂ 'ਚ ਫੜ ਕੇ ਰੱਖਣੇ ਜੀ ਭਾਈ ਮੇਰੀ ਵੀਡੀਓ ਵਾਇਰਲ ਨਾ ਕਰਦੇ ਸਾਰਿਆਂ ਨੇ ਪ੍ਰਸ਼ਾਦਾ ਛੱਕ ਲਿਆ ਵਾ ਹੁਣ ਬਸ ਸੇਵੀਆਂ ਦੀ ਵੇਟ ਹੋ ਰਹੀ ਆ ਕਹਿੰਦੇ ਸੇਵੀਆਂ ਖਾਧੇ ਬਿਨਾਂ ਉੱਠਣਾ ਹੀ ਨਹੀਂ ਹੁਣ ਦਰਬਾਰ ਸਾਹਿਬ ਦਰਸ਼ਨ ਕਰ ਰਹੇ ਹਾਂ ਜੀ ਲੰਗਰ ਵੀ ਛੱਕ ਆਏ ਆ ਪਰ ਸਾਡੇ ਦੋ ਬੰਦੇ ਪਿੱਛੇ ਰਹਿ ਗਏ ਉਹ ਹਲੇ ਲਾਈਨ 'ਚ ਲੱਗੇ ਹੋਏ ਆ ਕਿਉਂਕਿ ਸੰਗਤ ਬਹੁਤ ਜ਼ਿਆਦਾ ਵਾ ਅਤੇ ਟਾਈਮ ਲੱਗ ਜਾਂਦਾ ਜੀ ਕੀ ਹਾਲ ਆ ਵੀਰੇ ਠੀਕ ਠਾਕ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਹੋਰ ਆ ਜਾਓ ਬਾਈ ਅਸੀਂ ਦਰਸ਼ਨ ਕਰਕੇ ਜੋੜੇ ਘਰ ਦੇ ਬਾਹਰ ਹੀ ਬੈਠੇ ਸੀ ਯਾਰ ਉਹਨੇ ਤਾਂ ਇਹ ਸੋਚਿਆ ਕਿ ਚਲੋ ਜੋੜੇ ਘਰ ਸੇਵਾ ਕਰ ਲੈਂਦੇ ਹਾਂ ਬਾਈ ਮਿਲਿਆ ਸੀ ਇੱਥੇ ਬਾਈ ਕਹਿੰਦਾ ਆਓ ਯਾਰ ਸੇਵਾ ਕਰੋ ਘੁੰਮਣ 'ਚ ਲੱਗ ਗਏ ਹੋਏ ਨੇ ਸੇਵਾ 'ਤੇ ਬਰੱਸ਼ ਫੜ ਕੇ ਆਪੇ ਕਰ ਲੈਂਦੇ ਹਾਂ
ਹੁਣ ਅਨੰਦਪੁਰ ਸਾਹਿਬ ਦਰਸ਼ਨ ਕਰ ਲਏ ਜੀ, ਅਤੇ ਹੁਣ ਜਾ ਰਹੇ ਆਪਾਂ ਵਾਪਸ ਗੱਡੀ ਲੈ ਕੇ, ਲਾਗੇ ਪੈਂਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹਾਂ ਅਤੇ ਥੋੜ੍ਹੀ ਸੇਵਾ ਵੀ ਕਰ ਲਈ ਜੁੜੇ ਘਰੇ। ਅਤੇ ਹੁਣ ਬਸ ਆਹ ਸਾਰੀ ਮਾਰਕੀਟ ਆ, ਮਾਰਕੀਟ ਥੋੜ੍ਹੀ ਘੁੰਮਦੇ ਹਾਂ। ਹਾਲੇ ਤਾਂ ਇੰਨਾ ਜ਼ਰਾ ਮੇਲਾ ਭਰਿਆ ਨਹੀਂ ਆ, ਮੇਲਾ ਰਹਿੰਦਾ ਵਾ ਵਿਸਾਖੀ ਤੱਕ। ਸੋ ਇੱਧਰ ਸਾਰੇ ਝੂਟੇ ਲੱਗੇ ਹੋਏ ਆ, ਉਹ ਜੁਆਇੰਟ ਵੀਲ ਆ, ਉਹ ਮਗਰਮੱਛ ਜਿਹਨੂੰ ਕਹਿੰਦੇ ਹੁੰਦੇ ਆ। ਇੱਧਰ ਸਾਰੀ ਮਾਰਕੀਟ ਲੱਗੀ ਆ, ਸ਼੍ਰੀ ਕੇਸਗੜ੍ਹ ਸਾਹਿਬ ਤੋਂ ਹੁਣ ਅਸੀਂ ਆਏ ਜੀ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ। ਪਾਲ ਇੱਧਰ ਪਰਸ ਤੇਰੇ ਲਈ, ਕੱਲੀ ਪਰਸ ਚੂਜ਼ ਕੀਤਾ ਜੀ, ਲੈ ਕੇ ਦੋ। ਪਤਾ ਹੀ ਨਹੀਂ ਕਿਹੜਾ, ਪਤਾ ਹੀ ਤੁਹਾਡੇ ਕੋਲ ਵੱਜਦੇ ਨਹੀਂ, ਲੈ ਕੇ ਦੇ ਦੋ। ਵੀਰੇ 50 ਰੁਪਏ ਹੋਰ ਦੋ, ਭਾਜੀ ਨੇ 50 ਕਿਹਾ ਯਾਰ। ਨਹੀਂ ਭਾਜੀ ਇੱਦਾਂ ਦੋ ਵਜੇ ਇਕੱਠੇ ਦੇ ਨਾ, ਬੜੇ ਚੱਲਦਾ ਕਿਵੇਂ, 100 ਚੱਲਦਾ ਚੱਲਦਾ ਕਿਵੇਂ ਯਾਰ, ਹਰਪਾਲ ਨੂੰ ਪਤਾ ਨਾ। ਅੱਜ ਤੇ ਸੈੱਲ ਪਾਏ ਵੇ ਹੈ ਚੱਕਰ। ਠੀਕ ਹੈ ਚੱਲੀਏ, ਚਲੋ ਵੀਰੇ ਚਲੋ ਜੀ। ਇੱਥੇ ਤਾਂ ਦਰਸ਼ਨ ਬੜੀ ਛੇਤੀ ਹੋ ਗਏ ਯਾਰ, ਹੁਣ ਚੱਲਦੇ ਆਪਾਂ ਅਗਲੇ ਗੁਰਦੁਆਰਾ ਸਾਹਿਬ। ਹੁਣ ਅਸੀਂ ਆਏ ਜੀ ਦਰਗਾਹ ਪੀਰ ਸਾਈਂ ਬਾਬਾ ਬੁੱਢਕ ਸ਼ਾਹ ਜੀ, ਹੁਣ ਇੱਥੇ ਦਰਸ਼ਨ ਕਰਦੇ ਹਾਂ। ਜਿੰਨੀ ਵੀ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਆਉਂਦੀ ਨਾ, ਸਾਰੀ ਸੰਗਤ ਇੱਥੇ ਮੱਥਾ ਜ਼ਰੂਰ ਟੇਕ ਕੇ ਜਾਂਦੀ ਹੈ ਯਾਰ। ਹੁਣ ਅਸੀਂ ਆਏ ਜੀ ਕੀਰਤਪੁਰ ਸਾਹਿਬ, ਇੱਥੇ ਇਸ਼ਨਾਨ ਕਰਾਂਗੇ ਜੀ। ਪਿੱਛੇ ਆ ਗਏ 5 ਬੰਦੇ ਆਏ ਜੀ, 3 ਜਣੇ ਕਹਿੰਦੇ ਇਸ਼ਨਾਨ ਨਹੀਂ ਕਰਨਾ ਕਿਉਂਕਿ ਜਲ ਬਹੁਤ ਜ਼ਿਆਦਾ ਠੰਡਾ ਹੁੰਦਾ ਵਾ,
ਇਹ ਤਾਂ ਅਸੀਂ ਤਾਂ ਜ਼ਰੂਰ ਕਰਾਂਗੇ। ਤੇ ਕਿਉਂ ਨਹੀਂ ਕਰਾਂਦੇ ਫਿਰ ਤੁਸੀਂ? ਓਦਾਂ ਹੀ ਬਸ ਨਹੀਂ। ਓਦਾਂ ਹੀ ਕਿਉਂ? ਰੀਜ਼ਨ ਤੂੰ ਤੂੰ ਇੱਕ ਵਾਰੀ ਨਹਾਉਂਦੇ ਨੇ ਯਾਰ। ਪਾਣੀ ਦਾ ਫਲੋ ਇੰਨਾ ਜ਼ਿਆਦਾ ਤੇਜ਼ ਹੁੰਦਾ ਵਾ ਨਾ, ਅਤੇ ਇੰਨਾ ਕੁ ਜ਼ਿਆਦਾ ਪਾਣੀ ਠੰਡਾ ਹੁੰਦਾ ਵਾ, ਕਈ ਤਾਂ ਯਾਰ ਮਸਤੀਆਂ ਇੰਨੀਆਂ ਕਰਦੇ ਨੇ। ਉਹ ਦੇਖ ਲਓ ਪਿੱਛੇ ਆ, ਉੱਥੋਂ ਛਾਲਾਂ ਮਾਰਦੇ ਆ ਪਾਣੀ ਦੇ ਫਲੋ ਨਾਲ, ਫਿਰ ਇੱਥੇ ਹੁੰਦੇ ਆ। ਕਈ ਜਣੇ ਤਾਂ ਕਈ ਵਾਰੀ ਅੱਗੇ ਚੱਲ ਜਾਂਦੇ ਆ। ਨਹੀਂ ਨਹੀਂ ਇੱਥੇ ਆ ਜਾਓ। ਹੁਣ ਇਸ਼ਨਾਨ ਕਰ ਲਿਆ ਹੋਇਆ ਜੀ। ਆ ਪਾਣੀ ਦਾ ਫਲੋ ਇੰਨਾ ਜ਼ਿਆਦਾ ਤੇਜ਼ ਆ ਅਤੇ ਇੰਨਾ ਠੰਡਾ ਪਾਣੀ ਹੈ ਨਾ, 2-3 ਮਿੰਟ ਤੋਂ ਬਾਅਦ ਤੁਸੀਂ ਰਹਿ ਨਹੀਂ ਸਕਦੇ। ਅਤੇ ਇੱਥੇ ਸਾਰੇ ਫੁੱਲ ਤਰਦੇ ਜੀ। ਉੱਥੇ ਸਾਹਮਣੇ ਇੱਕ ਬਾਬਾ ਜੀ ਆ ਜਿਹੜੇ ਚੁੰਬਕ ਨਾਲ ਸਿੱਕੇ ਇਕੱਠੇ ਕਰਾਉਂਦੇ ਆ। ਹੁਣ ਅਸੀਂ ਜਾ ਰਹੇ ਹਾਂ ਜੀ ਖਰੜ ਵੱਲ ਨੂੰ, ਅਤੇ ਰਸਤੇ ਰੁਕੇ ਹਾਂ ਚਾਹ ਪੀਣ ਵਾਸਤੇ। ਅਜੇ ਨੂੰ ਆਪਾਂ ਖਰੜ ਲਾਉਣਾ ਵਾ, ਫਿਰ ਉਸ ਤੋਂ ਬਾਅਦ ਸਿੱਧਾ ਹੀ ਅੰਮ੍ਰਿਤਸਰ ਵੱਲ ਨੂੰ। ਮੌਸਮ ਘੈਂਟ ਹੋ ਗਿਆ ਯਾਰ, ਹੈਂ ਵੀ ਆਈਟ ਦਾ ਸੀਨ ਨਾ ਪੁੱਛੀ ਹੋਈ ਇੱਥੇ ਕਿਵੇਂ ਆਏ, ਕੀ ਹੋਇਆ? ਸਹੀ ਗੱਲ, ਸਾਰੇ ਬੱਸ 'ਤੇ ਚੱਲੇ ਜੀ ਇਹਦੇ ਕਰਕੇ। ਦੇਖਿਆ ਵੀਰੇ ਸਟੈਂਡ ਲਿਆ ਤੇਰੇ ਕਰਕੇ ਜੀ, ਚਾਹੇ ਤੂੰ ਪਿੰਕ ਪਹਿਨਣਾ ਲੇਕਿਨ ਆਪਣੇ ਸਟੈਂਡ ਲੈ ਲਈ। ਅਸੀਂ ਸਟੈਂਡ ਲੈ ਲਿਆ ਭਾਵੇਂ ਤੂੰ ਪਿੰਕ ਪਾਇਆ ਵਾ। ਮਿਰਚ ਵਾਲੇ ਪੀਜ਼ੇ ਨੇ ਯਾਰ ਧੂੰਏ ਕਢਾਤੇ, ਸਾਰਿਆਂ ਨੂੰ ਪਸੀਨਾ ਆ, ਪਰ ਮਜ਼ਾ ਆ ਗਿਆ ਯਾਰ। ਹੁਣ ਚਾਹ ਹੋ ਜੇ, ਚਾਹ ਨਾਲ ਥੋੜ੍ਹਾ ਪੱਜ ਜੂਗਾ। ਐਦਾਂ ਕਹਿੰਦੇ ਹੁੰਦੇ ਆ, ਆਹ ਉਹ ਥੱਲੇ ਆ, ਥੱਲੇ ਉੱਪਰ ਉਹ ਨਾਲ ਹੀ ਆ, ਨਾਲ ਹੀ ਆ। ਹੁਣ ਪੀਜ਼ਾ ਖਾ ਲਿਆ, ਚਾਹ ਪੀ ਲਈ ਆ, ਅਤੇ ਹੁਣ ਅਸੀਂ ਵਾਸ਼ਰੂਮ ਚੱਲੇ ਹਾਂ ਯਾਰ। ਅਸੀਂ ਨਾ ਇੱਕ ਦੂਜੇ ਦੇ ਪੈਂਟਾਂ ਪਾਈਆਂ ਵਾ, ਆਹ ਅਜੇ ਦੀ ਪੈਂਟ ਆ ਉਹ ਮੇਰੀ ਆ ਯਾਰ, ਉਹ ਸਾਰੀ ਗੰਦੀ ਕਰਦੀ, ਮੈਂ ਨਹੀਂ ਚੇਂਜ ਕਰਦੀ ਹੁਣ ਭਰਾਵਾ। ਆਹ ਤਾਂ ਫਿਰ ਵੀ ਆਉਂਦੀ ਕਾਲੀ ਨੂੰ ਕੀ ਹੋਣਾ ਯਾਰ, ਕਾਲੀ ਚੰਗੀ ਭਲੀ ਆ। ਕਾਲੀ ਯਾਰੀ ਗੰਦੀ ਹੁੰਦੀ ਵੀਰ ਜੀ, ਆਹ ਚੰਗੀ ਭਲੀ ਆ, ਇੱਕ ਮਿੰਟ ਦਿਖਾਇਓ ਕੀ ਆ। ਹਾਂ ਆਹ ਵੇਖਿਓ, ਕਾਲੀ ਆ, ਕਾਲੀ ਨਹੀਂ ਗ੍ਰੇ ਹੋ ਗਈ ਆ। ਸਾਰੀ ਗ੍ਰੇ ਹੋ ਗਈ ਆ, ਗ੍ਰੇ ਕੀ ਆ, ਆਹ ਪਾਰਟੀ ਨਾਲ ਮੈਂ ਪਾਈ ਭਰਾਵਾ। ਆਹ ਦੇਖ ਹਾਂਜੀ ਕਿਤੇ ਹੋਏਗੇ, ਓਏ ਓ ਯਾਰ ਵਧੀਆ ਲੱਗੂਗੀ ਇਦਾਂ। ਆ ਜਾਓ ਆ ਜਾਓ, ਇਹ ਵੀ ਕਰਨਾ ਨਹੀਂ ਯਾਰ, ਉਹ ਸਾਰੀ ਖਰਾਬ ਹੋ ਜਾਂਦੀ ਹੈ ਸਾਈਡਾਂ ਤੋਂ, ਇਹ ਵਧੀਆ ਲੱਗਦੀ। ਨਹੀਂ ਨਹੀਂ ਇੱਥੋਂ ਸਾਰੀ ਖਰਾਬ ਹੋ ਜਾਂਦੀ ਹੈ ਇੱਥੋਂ। ਆਹ ਉਹ ਤਾਂ ਹੋ ਹੀ ਗਈ ਜਿਹੜਾ ਦੀ ਪੈਰ ਵਾੜਤਾ ਸੀ ਇਹ ਪਾਈ ਨਹੀਂ ਨਾ ਵਧੀਆ ਮੈਂਟਾਂ ਤਾਂ ਕਰਕੇ। ਚਲੋ ਜੀ, ਵਿੱਚ ਮੈਦਾਨ ਤੇ ਦੋ ਚੋਟੀ ਦੇ ਗੱਭਰੂ, ਇੱਕ ਬੀਰ ਰਾਮ ਗੜੀਆ ਅੰਮ੍ਰਿਤਸਰ ਤੋਂ, ਦੂਜਾ ਸਚੈਨ ਜੀ ਗਦਰਪੁਰ ਤੋਂ। ਦੇਖਦੇ ਹਾਂ ਕੀ ਬਣਦਾ ਹੈ, ਪਤਾ ਤੇ ਹੈਗਾ ਹੀ ਸਾਨੂੰ ਕੀ ਬਣਦਾ, ਲੇਕਿਨ ਫਿਰ ਵੀ ਚਲੋ ਦੇਖ ਲੈਂਦੇ ਹਾਂ। ਓਹ ਡੋਲਾ, ਮੈਂ ਗਿਆ, ਕਿਆ ਬਾਤ ਹੈ, ਓਹ ਤਲੇ ਕੋ ਟੀ ਸ਼ਰਟ, ਓਹ ਓਹ ਪਤਾ ਲੱਗੇ ਦੋਵਾਂ ਦੀ ਰੇਸ ਚੋ ਹਰ ਰਣਬੀਰ ਜਾਏ ਸ਼ੀਸ਼ੇ ਤੋੜ ਕੇ। ਓਹ ਅਜੇ ਰਾਮਗੜੀਆ ਵਰਸਸ ਬੀਰ ਰਾਮਗੜੀਆ, ਸਕ੍ਰੈਚ ਨਾ ਤੁੱਪਾ ਦੀ ਕਿਤੇ ਚਿੱਟੀ ਬੋਰਡ ਚੁਨਰ ਤੇ ਉਹ ਪੇਂਟ ਹੀ ਲਾਤਾ ਏ, ਉਹ ਕਮਾਲ ਆ। ਇੱਕ ਹੋਰ ਸੈਕਿੰਡ ਰਾਊਂਡ ਏ, ਜਿੱਥੇ ਮਰਜ਼ੀ ਫੋਰਚੂਨਰ ਦੇ ਪਿੱਚ ਲੜਾ ਲਓ, ਰਿਜ਼ਲਟ ਤੁਹਾਨੂੰ ਪਤਾ ਹੀ ਏ।
ਆਹ ਲੋ ਕੋਚ ਸਾਹਿਬ ਨੇ ਫੇਰ ਸੈੱਟ ਕਰਾਤਾ ਕੰਮ ਨਹੀਂ ਚੱਲ ਰਣਵੀਰ ਆ ਜਾ ਨੂੰ ਬੱਸ ਤੇ ਬਿਠਾਉਣਾ ਸੀ ਬਾਅਦ ਚ ਗਿਆ ਤੂੰ ਅਸੀਂ ਸਟੈਂਡ ਲੈ ਲਿਆ ਸੁਚੈਨ ਨੇ ਥੋੜਾ ਕਵਰ ਕਰ ਲਿਆ ਕੰਮ ਅੰਦਰ ਹੀ ਬੈਠਾ ਰਿਹਾ ਅੰਦਰ ਬਹਿ ਕੇ ਕਵਰ ਕੀਤਾ ਚੰਗਾ ਯਾਰ ਓਏ ਓਏ ਕੀ ਹੋਇਆ ਓਏ ਖੋਲੋ ਯਾਰ ਖੋਲਿਆ ਬੂਟ ਲੈ ਚੱਲ ਯਾਰ ਇੱਕ ਇਹ ਯਾਰ ਇਹਨਾਂ ਦੇ ਯਾਰ ਓਕੇ ਯਾਰ ਚੋਰਾਂ ਵਾਲੇ ਕੰਮ ਨਹੀਂ ਜਾਣੇ ਯਾਰ ਚੱਲ ਹੈਲੋ ਕਿਸੇ ਦੇ ਸਾਹਮਣੇ ਨਾ ਕੋ ਕਿਸੇ ਨੂੰ ਨਹੀਂ ਸਾਰੇ ਸਾਹਮਣੇ ਫਾਈਨਲੀ ਅੰਮ੍ਰਿਤਸਰ ਪਹੁੰਚ ਗਏ ਜੀ 11:30 ਹੋ ਗਿਆ ਹੁਣ ਅਸੀਂ ਆਏ ਸ਼ਹੀਦ ਸਾਹਿਬ ਮੱਥਾ ਟੇਕਣ ਵਾਸਤੇ ਬੜੀ ਗੱਡੀ ਖਿੱਚੀ ਯਾਰ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਕਿੱਦਾਂ ਕੰਮ ਕਰ ਨਜ਼ਾਰੇ ਆ ਬਹੁਤ ਵਧੀਆ ਬਹੁਤ ਵਧੀਆ